ਗੱਲ ਕਰਦੇ ਹਰਿਆਣਾ ਦੀ। ਹਰਿਆਣਾ ਵਿੱਚ ਜੇਬੀਟੀ ਅਧਿਆਪਕਾਂ ਦੀ ਭਰਤੀ ਸੰਬੰਧੀ ਰੇਡ ਕਾਮੁਕ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਨਿਯੁਕਤੀਆਂ ਲਈ ਚੁਣੇ ਗਏ ਜੇਬੀਟੀ ਅਧਿਆਪਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਤੇ ਇਕੱਤਰ ਹੋਏ, ਜਿੱਥੇ ਉਹਨਾਂ ਹਰਿਆਣਾ ਦੇ ਸੀਐਮ ਦਾ ਧੰਨਵਾਦ ਕੀਤਾ। ਇਸ ਮਿਲਣੀ ਨੂੰ ਲੈ ਕੇ ਮਨੋਹਰ ਲਾਲ ਖੱਟਰ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ। ਇਹਨਾਂ ਅਧਿਆਪਕਾਂ ਲਈ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਉਹਨਾਂ ਕਿਹਾ ਕਿ ਜਿਉਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਧਿਆਪਕਾਂ ਦੀ ਨਿਯੁਕਤੀ ਤੇ ਰੋਕ ਹਟੇਗੀ, ਉਹ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦੇਣਗੇ। आपने बहुत कुछ संघर्ष करने के बाद प्राप्त किया है, इस प्राप्त करने के बाद आपका जीवन नया शुरू हो रहा है। मेरी शुभकामनाएं कि आप अपने काम में फले फूले आगे बढ़े। आपकी ज्वाइनिंग जैसा मैंने बताया कि जैसे ही सोमवार मंगलवार को जैसे ही कोर्ट का ऑर्डर मिलेगा विद इन 24 आवर्स आपको बता दिया जाएगा। आपको बहुत बहुत धन्यवाद।